ਬਣਿਆ ਹੋਇਆ ਫਰਨੀਚਰ, ਟੁੱਟੇ ਹੋਏ ਸ਼ੀਸ਼ੇ, ਤਸਵੀਰਾਂ ਉਸ ਘਰ ਦੀਆਂ ਨੇ ਜਿੱਥੇ ਗੁਆਂਢੀਆਂ ਦੇ ਵੱਲੋਂ ਹੀ ਘਰ 'ਚ ਵੜ ਕੇ ਹਮਲਾ ਕੀਤਾ ਗਿਆ ਹੈ। ਘਰ ਦੇ ਫਰਨੀਚਰ ਦੀ ਭੰਨ ਤੋੜ ਕੀਤੀ ਗਈ, ਸ਼ੀਸ਼ੇ ਤੱਕ ਤੋੜ ਦਿੱਤੇ ਗਏ। ਹਮਲਾ ਵੀ ਉਸ ਦੌਰਾਨ ਕੀਤਾ ਗਿਆ ਜਦੋਂ ਘਰ ਦੇ ਵਿੱਚ ਇਕੱਲੀ ਇਸ ਘਰ ਦੀ ਧੀ ਹੀ ਮੌਜੂਦ ਸੀ, ਜਦਕਿ ਬਾਕੀ ਪਰਿਵਾਰ ਘਰ ਤੋਂ ਬਾਹਰ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਘਰ ਦੇ ਬੇਟੇ ਦੇ ਨਾਲ ਹੀ ਗੁਆਂਢੀਆਂ ਦੀ ਲੜਾਈ ਹੋਈ, ਜਿਸ ਤੋਂ ਬਾਅਦ ਰੰਜਿਸ਼ ਰੱਖਦਿਆਂ ਗੁਆਂਢੀਆਂ ਦੇ ਵੱਲੋਂ ਕੁਝ ਬਦਮਾਸ਼ਾਂ ਨੂੰ ਸੱਦਿਆ ਜਾਂਦਾ ਹੈ ਅਤੇ ਫਿਰ ਇਸ ਘਰ ਦੇ ਅੰਦਰ ਦਾਖਲ ਹੋ ਕੇ ਤੇਜ਼ ਤਰ ਹਥਿਆਰਾਂ ਦੇ ਨਾਲ ਘਰ ਦੇ ਵਿੱਚ ਭੰਨ ਤੋੜ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਘਰ ਦੇ ਵਿੱਚ ਇਕੱਲੀ ਕੁੜੀ ਹੀ ਮੌਜੂਦ ਹੁੰਦੀ ਹੈ ਜੋ ਚੀਕਾਂ ਮਾਰਨ ਲੱਗਦੀ ਹੈ। ਮੁਹੱਲੇ ਵਾਲਿਆਂ ਵੱਲੋਂ ਹੀ ਸ਼ੋਰੂਮ ਤੇ ਜਾ ਕੇ ਘਰ ਦੇ ਮਾਲਕਾਂ ਨੂੰ ਦੱਸਿਆ ਜਾਂਦਾ ਹੈ ਕਿ ਉਸਦੇ ਘਰ ਦਾ ਗੇਟ ਟੁੱਟਿਆ ਹੋਇਆ ਹੈ ਤੇ ਅੰਦਰ ਭੰਨ ਤੋੜ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਇਸ ਘਰ ਦੇ ਨਾਲ ਹੀ ਇੱਕ ਸ਼ੋਰੂਮ ਵੀ ਹੈ ਜੋ ਇਸੇ ਹੀ ਘਰ ਦੇ ਮਾਲਕਾਂ ਦਾ ਆ ਤੇ ਮਾਂ ਉਸ ਦੌਰਾਨ ਉਸ ਦੁਕਾਨ 'ਚ ਬੈਠੀ ਹੋਈ ਸੀ ਜਦੋਂ ਉਸਨੂੰ ਪਤਾ ਲੱਗਿਆ ਕਿ ਘਰ ਦੇ ਵਿੱਚ ਕੁਝ ਬਦਮਾਸ਼ ਵੜੇ ਨੇ ਗੁਆਂਢੀਆਂ ਦੇ ਨਾਲ ਤੇ ਹਮਲਾ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਸਾਰਾ ਮੁਹੱਲਾ ਇਕੱਠਾ ਹੁੰਦਾ ਹੈ ਤੇ ਬਦਮਾਸ਼ ਦੇ ਭੰਨ ਤੋੜ ਕਰਕੇ ਫਰਾਰ ਹੋ ਜਾਂਦੇ ਨੇ। ਹੁਣ ਇਸ ਪਰਿਵਾਰ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਉਹਨਾਂ ਦਾ ਕਹਿਣਾ ਹੈ ਕਿ ਲੜਾਈ ਬਹੁਤ ਵਾਰ ਹੋਈ ਹੈ ਪਰ ਇਸ ਤਰ੍ਹਾਂ ਬੰਦੇ ਬੁਲਾ ਕੇ ਘਰ ਦੇ ਵਿੱਚ ਭੰਨ ਤੋੜ ਕਰਨਾ ਕਿੱਥੋਂ ਤੱਕ ਸਹੀ ਹੈ। ਮਾਮਲਾ ਅੰਮ੍ਰਿਤਸਰ ਦੇ ਹੁਸੈਨਪੁਰਾ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਇੱਕ ਘਰ ਦੇ ਵਿੱਚ ਗੁਆਂਢੀਆਂ ਦੇ ਵੱਲੋਂ ਹੀ ਬਦਮਾਸ਼ ਬੁਲਾ ਕੇ ਹਮਲਾ ਕੀਤਾ ਗਿਆ ਹੈ। ਭੰਨ ਤੋੜ ਕੀਤੀ ਗਈ, ਸ਼ੀਸ਼ੇ ਭੰਨੇ ਗਏ, ਦਰਵਾਜ਼ੇ ਭੰਨੇ ਗਏ ਤੇ ਨਾਲ ਹੀ ਘਰ ਦਾ ਫਰਨੀਚਰ ਵੀ ਤੋੜ ਦਿੱਤਾ ਗਿਆ ਹੈ। ਨੁਕਸਾਨ ਇੱਥੇ ਕੀਤਾ ਗਿਆ ਹੈ ਤੇ ਨਾਲ ਹੀ ਇੱਥੇ ਮਾਂ ਦਾ ਕਹਿਣਾ ਹੈ ਕਿ ਉਸਦੇ ਪੁੱਤ ਤੇ ਵੀ ਹਮਲਾ ਕੀਤਾ ਗਿਆ ਹੈ, ਉਸਨੂੰ ਵੀ ਕੁੱਟਿਆ ਮਾਰਿਆ ਗਿਆ ਹੈ। ਫਿਲਹਾਲ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਵੀ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ। ਘਰ ਮੇਰੀ ਬੇਟੀ ਸੀ, ਤੁਹਾਡਾ ਨਾਮ ਕੀ ਹੈ? ਮੇਰਾ ਨਾਮ ਪ੍ਰਵੀਨ ਕੌਰ ਹੈ। ਅੱਛਾ, ਕਿੱਥੋਂ ਤੋਂ ਜਾਣ ਵਾਲੇ? ਇੱਥੋਂ ਸੈਨਪੁਰੇ ਦੇ ਰਹਿਣ ਵਾਲੇ ਅਸੀਂ ਜੀ। ਠੀਕ ਹੈ, ਬਾਹਰ ਸਾਡਾ ਸ਼ੋਰੂਮ ਹੈ ਜੀ। ਕਾਹਦਾ ਸ਼ੋਰੂਮ ਹੈ? ਫੋਨਾਂ ਦਾ, ਮੋਬਾਈਲ ਦਾ। ਹਾਂ, ਮੈਂ ਕੀ ਮਾਮਲਾ ਆਇਆ ਘਰ? ਘਰ ਮਾੜੀਆਂ ਮੋੜੀਆਂ ਲੜਾਈਆਂ ਹੋ ਗਈਆਂ, ਆਪਸ ਵਿੱਚ ਲੜ ਲੁੜ ਪਏ। ਇਹ ਥੋੜੀ ਤੁਸੀਂ ਕਿਸੇ ਲੋਕਾਂ ਦੇ ਘਰ 40-40 ਬੰਦੇ ਲਿਆ ਕੇ ਪਵਾ ਦਿਓ। ਨਹੀਂ, ਆਪਸ ਦੇ ਵਿੱਚ ਘਰ ਦੇ ਵਿੱਚ ਜੀ ਲੜੇਗੇ ਜਾਂ ਗਵਾਂਢੀ ਲੜੇ? ਨਾ, ਗਵਾਂਢੀ ਲੜੇ ਸਾਡੇ, ਸਾਡੇ ਨਾਲ ਲੜੇ। ਨਜਾਇਜ਼ ਮੇਰੇ ਮੁੰਡੇ ਦਾ ਗਲ ਪਏ ਆ, ਪਹਿਲੇ ਵੀ ਨਾ ਬੰਦੇ ਮੰਗਾਏ, ਉਹਨੂੰ ਪੈ ਗਏ ਆ ਇਕੱਲੇ ਨੂੰ ਵੇਖ ਕੇ। ਕੀ ਨਾਮ ਹੈ ਤੇ ਮੁੰਡੇ ਦਾ? ਬਿੱਲੂ ਆ ਮੇਰੇ ਮੁੰਡੇ ਦਾ ਨਾਂ। ਬਿੱਲੂ ਨਾਲ ਲੜੇ? ਹਾਂ, ਬਿੱਲੂ ਨਾਲ ਲੜੇ। ਕੀ ਕੋਈ ਪੁਰਾਣੀ ਰੰਜੀ ਸੀ? ਨਹੀਂ। ਹਾਂਜੀ, ਇਹ ਰੱਖਦੇ ਰੰਜਣਾ, ਅਸੀਂ ਨਹੀਂ ਰੱਖਦੇ ਕਿਸੇ ਨੂੰ ਮਨ 'ਚ। ਕੀ ਹੋਇਆ ਕਿ ਜਦੋਂ ਘਰ ਦੇ ਅੰਦਰ ਕੋਈ ਵੀ ਨਹੀਂ ਸੀ ਤੁਸੀਂ? ਅਸੀਂ ਦਫ਼ਤਰ 'ਚ ਬੈਠੇ ਹਾਂ, ਮੈਂ ਤੇ ਮਾਤਾ ਜੀ ਤੇ ਕੁੜੀ ਸਾਡੀ ਘਰ ਕੱਢੀ। ਸਾਨੂੰ ਗਵਾਂਢੀਆਂ ਦੇ ਮੁੰਡੇ ਨੇ ਕਿਹਾ ਵੀ ਤੁਹਾਡੇ ਅੰਦਰ ਗੇਟ ਟੁੱਟ ਗਿਆ, ਤੁਹਾਡੇ ਅੰਦਰ ਬੰਦੇ ਵੜ ਗਏ ਆ ਤੇ ਕੁੜੀ ਸਾਡੀ ਬਾਥਰੂਮ 'ਚ ਲੋਕੀ ਡਰਦੀ ਅੰਦਰ। ਕਿੰਨਾ ਕੁ ਨੁਕਸਾਨ ਹੋਇਆ? ਤੁਸੀਂ ਵੇਖਿਆ ਨੁਕਸਾਨ ਕਿੰਨਾ ਹੋਇਆ? ਆਲਸੜੀਆਂ ਤੋੜ ਗਏ ਆ ਸਾਰਾ ਸਮਾਨ ਦੁਕਾਨ ਦਾ, ਅਲਮਾਰੀ 'ਚੋਂ ਕੈਸ਼ ਕੱਢ ਕੇ ਲੈ ਗਏ, ਮੇਰੀ ਕੁੜੀ ਦਾ ਗਹਿਣਾ ਕੱਢ ਕੇ ਲੈ ਗਏ, ਸਾਰਾ ਲੁੱਟ ਖੋਹ ਕਰਕੇ ਲੈ ਗਏ ਆ। ਕਿੰਨੀ ਕਿੰਨਾ ਕੁ ਨੁਕਸਾਨ ਹੈ? 10 ਲੱਖ ਰੁਪਇਆ ਲੈ ਗਏ, 2 ਸੈਟ ਮੇਰੀ ਕੁੜੀ ਦੇ ਵਿਆਹ ਦੇ ਲੈ ਗਏ, ਵਿਆਹ ਰੱਖਿਆ ਮੈਂ ਆਪਣੀ ਕੁੜੀ ਦਾ, ਉਹ ਲੈ ਗਏ ਆ ਕੱਢ ਕੇ। ਕੀ ਹੁਣ ਮੰਗ ਕੀ ਕਰਦੇ ਨੇ? ਇਹੀ ਮੰਗ ਇਹੋ ਕਰਦੇ ਆ ਕਿ ਸਾਨੂੰ ਇਨਸਾਫ਼ ਦਿੱਤਾ ਜਾਵੇ। ਮਾੜਾ ਜਿਹਾ ਦੱਸੋ ਨਾ, ਜਿਹੜਾ ਝਗੜਾ ਆ, ਭੰਨ ਤੋੜ ਹੋਈ ਆ, ਤੁਹਾਨੂੰ ਦੱਸਣ ਦੇ ਕੀ ਨਾਮ ਹੈ? ਪਾਰਟੀ ਕੰਪਲੇਂਟ ਦੇਣ ਦਾ ਨਾਂ ਤੇ ਲੈ ਲੈਂਦੇ ਕੋਈ ਨਾ। ਆਂਢੀ ਗੁਆਂਢੀ ਲੜੇ ਕਿਉਂ?
ਆਂਢੀ ਗੁਆਂਢੀ ਯਾਰ ਨਾਂ ਤਾਂ ਲਿਖ ਲੈਂਦੇ ਸਾਨੂੰ ਉਹਨਾਂ ਦਾ, ਤੂੰ ਨਾਂ ਨਹੀਂ ਲਿਖਣ ਦੇ।